ਸਤਿ ਸ਼੍ਰੀ ਅਕਾਲ ਫੜੀ ਰੱਖ ਮੋਟਾ ਤਾਂ ਨਹੀਂ ਲੈਂਦਾ ਤੇਰਾ ਸਤਿ ਸ਼੍ਰੀ ਅਕਾਲ ਤਾਇਆ ਜਸਪਾਲ ਪੁੱਤ ਕੀ ਹਾਲ ਹੈ ਤੇਰਾ ਹਾਂਜੀ ਵਧੀਆ ਤੁਸੀਂ ਦੱਸੋ ਜੀ ਨਾਲੇ ਵਧਾਈਆਂ ਪੁੱਤ ਤੈਨੂੰ ਵੱਡਾ ਅਫਸਰ ਬਣ ਗਿਆ ਨਾ ਫਿਰ ਕਦੋਂ ਜਾਣ ਲੱਗਣਾ ਡਿਊਟੀ ਤੇ ਬਸ ਅਗਲੇ ਹਫ਼ਤੇ ਤੋਂ ਤਾਈ ਜੀ ਦੇਖ ਪੁੱਤ ਉਹ ਤਾਂ ਮੈਂ ਤੇਰੀ ਮੰਮੀ ਨਾਲ ਗੱਲ ਕਰਨ ਤੁਹਾਡੇ ਘਰੇ ਜਾਣਾ ਹੀ ਸੀ ਪਰ ਤੈਨੂੰ ਰਿਸ਼ਤਾ ਮੈਂ ਹੀ ਕਰਾਉਂਗੀ ਤੇ ਕਰਾਉਂਗੀ ਵੀ ਆਪਦੇ ਪੇਕਿਆਂ ਤੋਂ ਮੇਰੇ ਪੇਕੇ ਨਾ ਬੀਹੀ ਚੋਂ ਮੇਰੀ ਇੱਕ ਭਤੀਜੀ ਲੱਗਦੀ ਹੈ ਬੜੀ ਸੋਹਣੀ ਸੁਨੱਖੀ ਕੁੜੀ ਹੈ ਉੱਚੀ ਲੰਮੀ ਪਰੀਆਂ ਵਰਗੀ ਜਿਹੜੀ ਦੇਖਿਆ ਭੁੱਖ ਲੈਂਦੀ ਹੈ ਆ ਤਾਂ ਤੂੰ ਲੱਖ ਰੁਪਏ ਦੀ ਗੱਲ ਕਰਤੀ ਤਾਈ ਇਹੀ ਗੱਲ ਇਹਨੂੰ ਹੁਣ ਤੱਕ ਮੈਂ ਸਮਝਾਈ ਜਾਂਦਾ ਸੀ ਕਿ ਊਂ ਵੀ ਕੁਦਰਤ ਦਾ ਅਸੂਲ ਆ ਵੀ ਗ੍ਰਸਤੀ ਦਾ ਹਰੇਕ ਬੰਦੇ ਨੂੰ ਵਸਾਉਣੀ ਓ ਪੈਂਦੀ ਆ ਹੁਣ ਖੰਗੂਰੇ ਨਾ ਮਾਰ ਇਹ ਤਾਂ ਬਈ ਛੜਿਆਂ ਦੇ ਕੰਮ ਨੇ ਆਪਾਂ ਕਬੀਲਦਾਰ ਬੰਦੇ ਆ ਬੜਾ ਸਿਆਣਾ ਮੁੰਡਾ ਵੇ ਤੂੰ ਹੈ ਕਿਹੜਾ ਪਿੰਡ ਆ ਤੇਰਾ ਮੇਰਾ ਚੰਬਾਲੀ ਜੀ ਲੈ ਮੇਰੇ ਪੇਕੇ ਤਰਖੇੜੀ ਆ ਲੈ ਫਿਰ ਤਾਂ ਤੂੰ ਘਰ ਦਾ ਜਵਾਕ ਨਿਕਲਿਆ ਸਮਝਾ ਇਹਨੂੰ ਦੇਖ ਪੁੱਤ ਸੁੱਖ ਨਾਲ ਸੋਹਣੀਆਂ ਸੁਨੱਖੀਆਂ ਤੇ ਪੜ੍ਹੀਆਂ ਲਿਖੀਆਂ ਕੁੜੀਆਂ ਮੁੜ ਮੁੜ ਕੇ ਨਹੀਂ ਮਿਲਦੀਆਂ ਯਕੀਨ ਰੱਖੀ ਲੈ ਤਾਈ ਤੇਰੇ ਤੇ ਹੀ ਤਾਂ ਯਕੀਨ ਆ ਯਕੀਨ ਆ ਹਾਂਜੀ ਹਾਂਜੀ ਬਾਕੀ ਜਿਵੇਂ ਤੁਹਾਨੂੰ ਦੋਵੇਂ ਸਿਆਣਿਆਂ ਨੂੰ ਠੀਕ ਲੱਗਦਾ ਜੀ ਪਰ ਤਾਈ ਮੈਂ ਤਾਂ ਐਂ ਕਹਿੰਦਾ ਸੀ ਇੱਕ ਵਾਰ ਮੜੀ ਝਾਤੀ ਮਰਾ ਦਿੰਦੀ ਲੈ ਇਹ ਤਾਂ ਗੱਲ ਹੀ ਕੋਈ ਨਹੀਂ ਪੁੱਤ ਮੈਂ ਕੱਲ ਹੀ ਨਾ ਪਟਿਆਲੇ ਬਾਜ਼ਾਰ 'ਚ ਬਹਾਨੇ ਨਾ ਬੁਲਾ ਲੂੰ ਕੁੜੀ ਨੂੰ ਤੂੰ ਉੱਥੇ ਝਾਤੀ ਮਾਰ ਲਈ ਜੀ ਜਦੋਂ ਮੁੰਡੇ ਨੂੰ ਸ਼ਗਨ ਪਊ ਮੈਂ ਭੰਗੜਾ ਸਭ ਤੋਂ ਪਹਿਲਾਂ ਪਾਉਂਗਾ ਲੱਗਦਾ ਨਹੀਂ ਪੈਂਦਾ ਭੰਗੜਾ ਕਿ ਸ਼ਗਨ ਤੂੰ ਚੁੱਪ ਕਰ ਬੇ ਹੈ ਚੁੱਪ ਨਹੀਂ ਕਰ ਹੁੰਦਾ ਤੇ ਥਾ ਬੇ ਪੁੱਤ ਆ ਤੇਰੇ ਤਾਏ ਨੂੰ ਬਾਲੀ ਭੈੜੀ ਬਿਮਾਰੀ ਆ ਖੰਘ ਤੇ ਛਿੱਕਾਂ ਇਕੱਠੀਆਂ ਛੱਡਦੀਆਂ ਇਹਨੂੰ ਹਾਂਜੀ ਸਖਤ ਲੋੜ ਆ ਦਵਾਈ ਦੀ ਤਾਂ ਸਨੀ ਜੀ ਸਾਡੇ ਨਾਲ 1960 ਕੁ ਵੇਲੇ ਦਾ ਸਾਈਕਲ ਹੋਣਾ ਅੱਛਾ ਚੱਲਦਾ ਤਾਂ ਨਹੀਂ ਹੈ ਪਰ ਉਹਦਾ ਵੀ ਸਟੈਂਡ ਆ ਹੈ ਭੈਣ ਜੀ ਵੇਖੀ ਜੇ ਸੱਚ ਦੱਸਾਂ ਨਾ ਤੂੰ ਤਾਂ ਮੇਰਾ ਸਾਰਾ ਫਿਕਰ ਹੀ ਲਾਤਾ ਦੇਖੋ ਭੈਣ ਜੀ ਜੇ ਤੁਸੀਂ ਉੱਤਾ ਨਾ ਨਾ ਚੱਕਦੇ ਤਾਂ ਇਹਨੇ ਤਾਂ 2-4 ਸਾਲ ਉਈ ਲਗਾ ਦੇਣੇ ਸੀ ਦੇਖ ਭਾਈ ਮੈਨੂੰ ਕੁੜੀ ਜਮਾ ਪਸੰਦ ਨਹੀਂ ਤਾਈ ਜੀ ਐਵੇਂ ਮਾਰਦੀ ਆ ਜੀ ਕੁੜੀ ਤਾਂ ਬਹੁਤ ਪਸੰਦ ਆ ਜੀ ਐਵੇਂ ਨਾ ਮੁੰਡੇ ਨੂੰ ਤੰਗ ਕਰੀ ਜਾ ਨਾ ਕਸ਼ਮੀਰੋ ਇਹ ਤਾਂ ਨਿਆਣੇ ਤੇ ਤੂੰ ਤਾਂ ਸਿਆਣੀ ਬਿਆਣੀ ਸੀ ਤੂੰ ਜਸਪਾਲ ਦੇ ਮੂਹਰੇ ਕੁੜੀ ਖੜੀ ਕਰਤੀ ਕਾਹਨੂੰ ਚਾਚੀ ਮੂਹਰੇ ਕਾਹਨੂੰ ਖੜੀ ਕਰਤੀ ਮੈਂ ਤਾਂ ਦੂਰ ਤੋਂ ਦਿਖਾਈ ਸੀ ਇਹ ਬੜੀ ਚੰਗੀ ਗੱਲ ਕੀਤੀ ਹੈ ਮਾਰਦੀ ਹੈ ਗੱਲਾਂ ਉਹ ਬੀਜੀ ਹੁਣ ਜ਼ਮਾਨਾ ਬਹੁਤ ਬਦਲ ਗਿਆ ਅੱਜ ਕੱਲ ਤਾਂ ਮੁੰਡੇ ਕੁੜੀ ਨੂੰ ਸਾਹਮਣੇ ਬਿਠਾ ਕੇ ਕਹਿ ਦਿੰਦੇ ਨੇ ਵੀ ਦੱਸ ਪੁੱਛ ਲਓ ਜੋ ਕੁਝ ਪੁੱਛਣਾ ਤੁਸੀਂ ਉਹ ਤਾਂ ਭਾਈ ਐ ਸੀ ਵੀ ਸੁੱਖ ਨਾਲ ਘਰ ਚੰਗਾ ਤੇ ਕੁੜੀ ਸਰਕਾਰੀ ਨੌਕਰੀ ਕਰਦੀ ਹੈ ਤੇ ਉਹ ਚਾਹੁੰਦੇ ਸੀ ਵੀ ਮੁੰਡਾ ਵੀ ਸਰਕਾਰੀ ਨੌਕਰੀ ਤੇ ਲੱਗਿਆ ਹੋਵੇ ਮੈਂ ਕਿਹਾ ਵੀ ਆਹ ਗੱਲ ਠੀਕ ਹੈ ਭਾਬੀ ਜੀ ਬਾਲੀਆਂ ਗੱਲਾਂ ਮਾਰਨ ਦਾ ਤਾਂ ਫਾਇਦਾ ਕੋਈ ਨਹੀਂ ਸਾਡੇ ਵੱਲੋਂ ਤਾਂ ਹਾਂ ਸਮਝ ਤੇ ਤੁਸੀਂ ਗਾਹਾਂ ਗੱਲ ਤੋਰੋ ਕਿਉਂ ਬਾਈ ਠੀਕ ਹੈ ਛੋਟੇ ਕਰ ਫਿਰ ਭਾਬੀ ਜੋ ਕੁਛ ਕਰਨਾ ਤੁਸੀਂ ਬੇਫਿਕਰ ਹੋ ਜਾਓ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਵਾਹ ਜੀ ਵਾਹ ਲਓ ਜੀ ਮੁੰਡਿਆਂ ਦਾ ਭੈਣੇ ਜਣੀ ਮੈਨੂੰ ਤਾਂ ਰੱਬ ਨੇ ਭੇਜਿਆ ਹੀ 2 ਸਰ ਜੋੜਨ ਲਈ ਆ ਭੈਣ ਜੀ ਕੁੜੀ ਤਾਂ ਬਾਲੀ ਹੀ ਸੋਹਣੀ ਹੈ ਇਹਦਾ ਤਾਂ ਮੈਨੂੰ ਨਾਂ ਵੀ ਬਹੁਤ ਸੋਹਣਾ ਲੱਗਿਆ ਹਰਮਨ ਉਹ ਤਾਂ ਜੀ ਸੁੱਖ ਨਾਲ ਸਾਡੀ ਧੀ ਘਰ ਦਾ ਸਾਰਾ ਕੰਮ ਜਾਣਦੀ ਹੈ ਸੱਚੀ ਗੱਲ ਹੈ ਬਈ ਜਸਪਾਲ ਘਰ ਦਾ ਸਾਰਾ ਕੰਮ ਤਾਂ ਰੱਜੋ ਵੀ ਕਰ ਲੈਂਦੀ ਹੈ ਉਹ ਨਹੀਂ ਠੀਕ ਆਹੋ ਤੇਰੇ ਵਾਸਤੇ ਉਹ ਦੇਖ ਲੈਂਦੇ ਹਾਂ ਚੱਲ ਭੈਣ ਜੀ ਕੰਮ ਕਰ ਬਿਨਾਂ ਤਾਂ ਸਰ ਜਾਂਦਾ ਹੈ ਬਸ ਧੀ ਪੁੱਤ ਪਰਿਵਾਰ 'ਚ ਰਚਣ ਵੇਚਣ ਵਾਲਾ ਹੋਵੇ ਤੁਸੀਂ ਫਿਕਰ ਨਾ ਕਰੋ ਭੈਣ ਜੀ
ਸਾਡੀ ਧੀ ਦਾ ਸੁਭਾਅ ਤਾਂ ਬਹੁਤ ਹੀ ਸਹਿਜ ਹੈ। ਕਿੰਨੀ ਸਟੱਡੀ ਕੀਤੀ ਹੈ ਤੁਸੀਂ? ਜੀ ਮੈਂ ਬੀਏ ਬੀਐਡ। ਲੈ ਦੱਸ ਬੀਬਾ, ਜੇ ਦੋਨੇ ਜੀ ਸਰਕਾਰੀ ਨੌਕਰੀ ਤੇ ਹੋਣ ਨਾ, ਬੰਦਾ ਤਾਂ ਭਾਵੇਂ ਜਹਾਜ਼ ਖਰੀਦ ਲੈ। ਹੋਰ ਭਾਈ ਕਾਕਾ ਜੀ, ਗੁੱਡੀ ਤੋਂ ਬਿਨਾਂ ਕਿੰਨੇ ਭੈਣ ਭਰਾ ਹੋ ਤੁਸੀਂ? ਬਸ ਜੀ, ਯਾਰ ਦੋਸਤ ਵੀ ਭਾਈਆਂ ਵਰਗੇ ਹੀ ਹੁੰਦੇ ਆ ਜੀ। ਅੱਛਾ ਅੱਛਾ, ਮੈਂ ਇਕੱਲਾ ਹੀ ਭਰਾ ਜੀ। ਇੱਥੇ ਰੱਖਿਆ ਸੀ ਤੈਨੂੰ, ਇੱਥੇ ਨਾਲੇ ਮੇਰੇ ਬੂਟ ਪਾਈ ਫਿਰਦਾ। ਬਕਵਾਸ ਨਾ ਕਰ, ਮੇਰੇ ਆ। ਆ ਗਏ ਬਾਈ ਜੀ। ਬਾਈ, ਆਪਣੇ ਹਰਮਨ ਲਈ ਰਿਸ਼ਤਾ ਲੈ ਕੇ ਆਏ। ਸਤਿ ਸ਼੍ਰੀ ਅਕਾਲ ਜੀ। ਇਹ ਸਰਦਾਰ ਸਾਹਿਬ ਨੇ। ਸਤਿ ਸ਼੍ਰੀ ਅਕਾਲ। ਇਹ ਚਾਚਾ ਜੀ ਤੇ ਇਹ ਕਾਕਾ ਜੀ। ਸਤਿ ਸ਼੍ਰੀ ਅਕਾਲ ਜੀ। ਮੁੰਡਾ ਕਾਨੂੰ ਕੋ ਲੱਗਿਆ? ਕਾਨੂੰ ਕੋ? ਜੇ ਪਟਵਾਰੀ ਲੱਗਿਆ ਹੁੰਦਾ ਐ ਲੋਕਾਂ ਦੇ ਪੈਰਾਂ 'ਚ ਨਾ ਵੇਚਦਾ ਫਿਰਦਾ। ਭੋਲੇ, ਪਾਣੀ ਦੀ ਵਾਰੀ ਆ ਜਾ ਆਪਣੀ। ਹਰਮਨ ਪੁੱਤ, ਚਲੋ ਅੰਦਰ। ਰਾਤ ਦਾ ਰੋਟੀ ਟੁੱਕ ਕਰੋ। ਭੈਣੇ ਤਗੜੀ ਹੈ। ਚੱਲ ਪੁੱਤ, ਇਹਦਾ ਤਾਂ ਇਹੀ ਕੰਮ ਹੈ। ਸੇਵਾ ਭਾਲਦਾ ਸੇਵਾ ਬਾਈ, ਪਰ ਸੇਵਾ ਅਸਲ ਤਾਂ ਹੁੰਦੀ ਹੈ ਜੇ ਬੰਦੇ ਦਾ ਕੋਈ ਰੁਤਬਾ ਹੋਵੇ, ਕੋਈ ਪ੍ਰਭਾਵ ਹੋਵੇ, ਕੋਈ ਗੱਲਬਾਤ ਹੋਵੇ ਬੰਦੇ ਚ। ਸਰਦਾਰ ਜੀ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਮੁੰਡਾ ਸਾਡਾ ਅਫਸਰ ਲੱਗਿਆ। ਲੈ ਆ, ਕਾਨੂੰ ਕੋਨੂੰ ਅਫਸਰ ਦੱਸੀ ਜਾਂਦਾ। ਉਹ ਬਾਈ ਜੀ, ਅਫਸਰ ਹੁੰਦਾ ਪਟਵਾਰੀ। ਬਾਰਾਂ ਹਜ਼ਾਰ ਤਾਂ ਤੁਰਨ ਫਿਰਨ ਵਾਲੇ ਜਿਹੜੇ ਬੰਦੇ ਨੇ ਨਾ, ਇਹਨੇ ਦਾ ਗੱਡੀ ਚ ਤੇਲ ਪਵਾ ਲੈਂਦੇ ਨੇ। ਸੁਣ ਤਾਂ ਸਹੀ। ਉਹ ਇੱਕ ਮਿੰਟ ਯਾਰ, ਗੱਲ ਤਾਂ ਕਰਨ ਦੇ ਮੈਨੂੰ। ਤੈਂ ਕਦੇ ਮੱਝ ਦੀ ਧਾਰ ਕੱਢੀ? ਪਟਵਾਰੀ ਮੱਝ ਨੂੰ ਥਾਪੀ ਦੇ ਦੇਵੇ ਨਾ, ਤੇ ਮੱਝ ਆਪਣੇ ਆਪ ਦੁੱਧ ਦੇਣ ਲੱਗ ਜਾਂਦੀ। ਇੰਨਾ ਟੌਰ ਹੁੰਦਾ ਪਟਵਾਰੀ ਦਾ। ਐਵੇਂ ਥੋੜਾ ਲੋਕੀ ਅੱਗੇ ਪਿੱਛੇ ਸਲਾਮਾਂ ਕਰਦੇ ਨੇ ਪਟਵਾਰੀ ਨੂੰ। ਚੁੱਕ ਚੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ। ਇਮਾਨਦਾਰ ਬੰਦੇ ਦੀ ਹਰੇਕ ਇੱਜ਼ਤ ਕਰਦਾ ਤੇ ਗੱਲ ਲਾ ਕੇ ਮਿਲਦਾ। ਠੀਕ ਹੈ ਫਿਰ, ਗੱਲ ਲੱਗੋ ਤੇ ਜਾਓ, ਤੇ ਜਦੋਂ ਪਟਵਾਰੀ ਲੱਗ ਗਏ ਉਦੋਂ ਆ ਜਾਣਾ। ਆ ਬੀਹੀ ਸਿੱਧੀ ਫਿਰਨੀ ਤੇ ਜਾ ਕੇ ਨਿਕਲ ਗਈ। ਚੱਲ ਸੁਖਦੇਵ, ਬਹੁਤ ਬਣ ਲਈ। ਚਲੋ ਬਈ, ਚਲੋ। ਚੱਲ ਕਾਕਾ, ਭੈਣ ਜੀ ਮੇਰੀ ਗੱਲ ਤਾਂ ਸੁਣੋ। ਕਾਕਾ ਜੀ, ਚੱਲ ਕਾਕੇ। ਭੈਣ ਤੁਸੀਂ ਰੋਕ ਨਾ। ਭੈਣ ਕੀ ਕਰੇ, ਇੰਨਾ ਚੰਗਾ ਰਿਸ਼ਤਾ ਸੀ, ਇਹਨੇ ਤਾਂ ਸਿਰ ਤੇ ਸਵਾਹ ਪਾਤੀ। ਬਈ ਜਮੇ ਹੀ ਖੇਹ ਕਰਾਤੀ, ਘਰ ਆਏ ਬੰਦੇ ਤੇ ਇੱਜ਼ਤ ਕਰਿਆ ਕਰ ਯਾਰ। ਕਸ਼ਮੀਰੋ, ਤੂੰ ਇੰਨੇ ਸਾਲਾਂ ਬਾਅਦ ਦਰਸ਼ਨ ਹੋਏ ਨੇ। ਮੈਂ ਇਸ ਪਿੰਡ ਆਉਂਦੀ ਰਹਿੰਦੀ ਹਾਂ, ਇਸ ਪਿੰਡ ਦੇ ਹਕੀਮ ਕੋਲ, ਇਹਨਾਂ ਦੀ ਦਵਾਈ ਲੈਣ। ਪਰ ਤੂੰ ਆਪਣੀਆਂ ਬਦਮਾਸ਼ੀਆਂ ਨੇ ਛੱਡੀਆਂ ਆੜਿਆ, ਸਾਰੀ ਜ਼ਿੰਦਗੀ ਜੇਲ੍ਹਾਂ 'ਚ ਗੁਜ਼ਾਰਤੀ। ਕਸ਼ਮੀਰੋ, ਅਗਰ ਮੈਂ ਸ਼ਰੀਫ ਵੀ ਬਣਦਾ ਤਾਂ ਕਿਹਦੇ ਲਈ ਬਣਦਾ? ਤੇਰੇ ਬਾਪੂ ਨੇ ਤੇਰਾ ਵਿਆਹ ਇਹਦੇ ਨਾਲ ਕਰ ਦਿੱਤਾ ਸੀ। ਬਿਮਾਰ ਰਹਿਣਾ, ਕਿੰਨੀ ਕੁ ਦੇਰ ਹੋਰ ਜੀਏਗਾ? ਵੇਖੋ, ਮੈਂ ਤੇਰੇ ਨਾਲ ਗੱਲ ਕਰਨਾ। ਦੱਸ। ਮੈਂ ਚਾਹੁੰਦੀ ਹਾਂ ਉਹ ਕੁਛ ਇਹਦੇ ਨਾਲ ਨਾ ਹੋਵੇ ਜੋ ਕੁਛ ਮੇਰੇ ਨਾਲ ਹੋਇਆ। ਇਹਦਾ ਵਿਆਹ ਉਹੀ ਮੁੰਡੇ ਨਾਲ ਹੋਵੇ ਜਿਹਨੂੰ ਇਹ ਪਿਆਰ ਕਰਦੀ ਹੈ। ਤੂੰ ਮੇਰੀ ਗੱਲ ਮੰਨੇਗਾ ਨਾ? ਕਸ਼ਮੀਰੋ, ਤੇਰੇ ਮੂੰਹ ਚੋਂ ਨਿਕਲੇ ਹੋਏ ਹਰ ਬੋਲ ਨੂੰ ਮੈਂ ਪਵਾਇਆ। ਪਸਤੌਲ ਸਿੱਟਦੀ ਹੁਣ ਤਾਂ ਕੁਛ ਹੈ? ਓਏ, ਮੈਨੂੰ ਚਲਾਉਣ ਨਹੀਂ ਆਉਂਦੀ, ਦੇਖ ਲਓ ਪਰੇਟ।
मैं किसी होर नाल ब्याह नहीं होण दिंदा। इहदी गर्दारी तां हुण मेरे नाल ही चढ़ू। ओ पटवारिया, मैनूं लगदा तेरा इंतकाल ना चढ़ जाए किते। मुड़िया हुण कि हरमन कोलों रखड़ी बना के मुड़ना ही। मास्टर ਜਿਵੇਂ ਦੇ ਇੱਥੇ ਹਾਲਾਤ ਚੱਲ ਰਿਹਾ, ਮੈਨੂੰ ਪੂਰਾ ਭਰੋਸਾ ਨਹੀਂ ਵੀ ਇਹਦੇ 'ਚ ਗੋਲੀ ਵੀ ਹੈ ਕੋਈ। ਨਹੀਂ ਅੱਜ ਤੈਨੂੰ ਠੋਕ ਦਿੰਦਾ ਮੈਂ। ਮੇਰੇ ਤੇ ਕਾਹਨੂੰ ਗੋਲੀ ਖਰਾਬ ਕਰਨ ਡਿਆ? ਮੈਂ ਤੇ 20 ਮਿੰਟ ਪਹਿਲਾਂ ਬੇਇੱਜ਼ਤੀ ਨਾਲ ਹੀ ਮਰ ਗਿਆ ਹਾਂ। ਢੀਠ ਹੋਇਆ ਰੋਟੀ ਖਾਣ ਡਿਆ ਮੈਂ। ਰੋਟੀ ਸਵਾਦ ਹੀ ਆ ਜਾ। ਮੈਂ ਮਾਰ ਦੂੰ ਤੈਨੂੰ। ਇਹਦਾ ਲੌਕ ਖੋਲ ਲੈ। ਕਿੱਥੋਂ ਖੁੱਲੂ? ਮੈਂ ਦੱਸਣਾ ਤੈਨੂੰ। ਓ ਯਾਰ ਇੱਧਰ ਫੜਾ ਇਹਦਾ ਲੌਕ ਨਾ। ਜਿਨ੍ਹਾਂ ਦੀ ਹੈਗੀ ਆਪੇ ਖੋਲ ਲੈਣਗੇ। ਲਓ ਜੀ ਤੁਹਾਡੀ ਅਮਾਨਤ ਹੈ ਜੀ, ਚਲੋ ਆਪਾਂ ਚੱਲੀਏ। ਮਾਸਟਰ ਕੀ ਕਰ ਰਿਹਾ ਤੂੰ ਯਾਰ? ਉਹ ਯਾਰ ਦੋਵੇਂ ਬਰੰਗ ਮੋੜਨ ਲੱਗੇ ਆ, ਉਸ ਹਿਸਾਬ ਨਾਲ ਵੀ ਆਪਾਂ ਸਾਂਢੂ ਹੀ ਹੋਏ। ਆ ਜਾ ਆ ਜਾ ਆ ਜਾ ਹਰਮਨ, ਬਸ ਸ਼ਾਮ ਨੂੰ ਲਾਉਣੀ ਕਿਹੜੀ। ਲੈ ਦੱਸ, ਬੇਈਮਾਨ ਬੰਦੇ ਦੀ ਤਾਂ ਠੁੱਕ ਵੀ ਬਨਾਉਟੀ ਹੁੰਦੀ ਹੈ। ਅਸਲੀ ਠੁੱਕ ਤਾਂ ਇਮਾਨਦਾਰ ਬੰਦੇ ਦੀ ਹੁੰਦੀ ਹੈ, ਜਿਹਨੂੰ ਬੰਦਾ ਹੱਥ ਮਿਲਾ ਕੇ ਜੱਫੀ ਪਾਉਂਦਾ।